ਭਗਤ ਕਬੀਰ ਜੀ ਮਹਾਰਾਜ ਜੀ ਦਾ ਅੰਮ੍ਰਿਤਮਈ ਪਾਵਨ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦੇ ਅੰਦਰ ਕਬੀਰ ਜੀ ਮਹਾਰਾਜ ਕਹਿੰਦੇ ਨੇ ਇਸ ਤਨ ਨੂੰ ਤੇ ਸੰਸਾਰਿਕ ਧਨ ਨੂੰ ਜੇਕਰ ਕੋਈ ਗਰਭ ਕਰਕੇ ਘਮੰਡ ਕਰਕੇ ਕਹਿੰਦਾ ਹੈ ਨਾ ਇਹ ਸਦਾ ਮੇਰਾ ਹੈ, ਤੇ ਕਬੀਰ ਜੀ ਮਹਾਰਾਜ ਕਹਿੰਦੇ ਨੇ ਇਸ ਤਨ ਦਾ ਤੇ ਧਨ ਦਾ ਗਰਭ ਕਰਨਾ ਅਗਿਆਨਤਾ ਹੈ, ਮੂਰਖਤਾ ਹੈ, ਹੋਰ ਕੁਝ ਵੀ ਨਹੀਂ। ਭਗਤ ਕਬੀਰ ਜੀ ਮਹਾਰਾਜ ਕਹਿ ਰਹੇ ਨੇ ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜਈਆ। ਕਬੀਰ ਜੀ ਮਹਾਰਾਜ ਨਾ ਇੱਕ ਵਾਰੀ ਇੱਕ ਨਗਰ ਵਿੱਚੋਂ ਲੰਘੇ ਸਾਧ ਸੰਗਤ, ਤੇ ਕਬੀਰ ਜੀ ਮਹਾਰਾਜ ਕੀ ਦੇਖਦੇ ਨੇ ਕਿ ਇੱਕ ਹਵੇਲੀ ਵਿੱਚ ਨਾ ਬਹੁਤ ਵੱਡੀ ਇੱਕ ਚੌਧਰੀ ਜਿਹੜਾ ਨਾ ਸ਼ਿੰਗਾਰ ਕਰ ਰਿਹਾ ਸੀ, ਜਾਣਾ ਹੈ ਕਿਸੇ ਕਾਰਜ ਦੇ ਵਿੱਚ, ਬੜੀ ਸਵਾਰ ਸਵਾਰ ਕੇ ਪਗੜੀ ਬੰਨ ਰਿਹਾ ਹੈ, ਪੱਗ ਸਵਾਰ ਰਿਹਾ ਹੈ। ਕਬੀਰ ਜੀ ਨੇ ਭੋਲੇ ਸੁਭਾ ਕਹਿ ਦਿੱਤਾ, ਚੌਧਰੀ ਜੀ ਇੰਨਾ ਸਵਾਰਦੇ ਹੋ ਸਰੀਰ ਨੂੰ, ਪੱਗ ਨੂੰ ਸਵਾਰਦੇ ਹੋ, ਉਸ ਪਰਮਾਤਮਾ ਦੇ ਨਾਮ ਨੂੰ ਜਪ ਕੇ ਮਨ ਨੂੰ ਵੀ ਸਵਾਰ ਲਿਆ ਕਰੋ। ਬੋਲੋ ਪਿਆਰ ਨਾਲ ਸਤਨਾਮ। ਚੌਧਰੀ ਕਹਿੰਦੇ ਹੈ ਭਗਤਾਂ ਨੂੰ ਤੁਹਾਨੂੰ ਕੋਈ ਕੰਮ ਤੇ ਹੈ ਨਹੀਂ ਹੈ, ਹਰ ਵੇਲੇ ਰੱਬ ਦਾ ਨਾਮ ਲਓ, ਜਪੋ, ਬੰਦਗੀ ਕਰੋ, ਇਹੀ ਕਹਿਣਾ ਹੈ। ਮੈਨੂੰ ਕਾਰਜ ਵਾਸਤੇ ਜਾਣਾ ਹੈ, ਆਪ ਅੱਗੇ ਤੁਰੋ। ਬੋਲੋ ਪਿਆਰ ਨਾਲ ਸਤਨਾਮ। ਸਤ ਸੰਗਤ ਅਰਜ਼ ਕਰ ਦਵਾਂ, ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਨਾ, ਛਾਤਰ ਹੁੰਦੇ ਨੇ, ਉਹ ਬੋਲਦੇ ਬਹੁਤ ਘੱਟ ਨੇ, ਬਹੁਤ ਘੱਟ, ਕਿਉਂਕਿ ਬੋਲਣ ਨਾਲ ਅੰਦਰ ਦਾ ਚਿੱਤਰ ਬਾਹਰ ਆ ਜਾਂਦਾ ਹੈ।
ਉਹ ਬੋਲਦੇ ਘੱਟ ਨੇ, ਕੋਈ ਸਾਨੂੰ ਸੁਣ ਨਾ ਲਵੇ। ਲੇਕਿਨ ਜਿਹੜੇ ਭਗਤ ਜਨ ਹੁੰਦੇ ਨੇ ਨਾ, ਭਲੇ ਮਾਨਸ ਹੁੰਦੇ ਨੇ, ਰੱਬ ਦੇ ਪਿਆਰੇ ਹੁੰਦੇ ਨੇ, ਉਹ ਬੋਲਦੇ ਬਹੁਤ ਨੇ, ਬਹੁਤ ਬੋਲਦੇ ਨੇ। ਕਿਉਂ ਕਿ ਕੋਈ ਤੇ ਸਾਨੂੰ ਸੁਣ ਲਵੇ ਤੇ ਜਪਣਾ ਸ਼ੁਰੂ ਅਰੰਭ ਕਰ ਦਵੇ ਸਤਨਾਮ ਸ਼੍ਰੀ ਵਾਹਿਗੁਰੂ ਜੀ। ਬਹੁਤ ਬੋਲਦੇ ਨੇ ਕਬੀਰ ਜੀ। ਅੱਗੇ ਤੁਰ ਗਏ, ਕੁਝ ਦਿਨਾਂ ਬਾਅਦ ਫਿਰ ਆਉਣਾ ਹੋਇਆ ਨਾ, ਉਸ ਨਗਰ ਦੇ ਕੋਲੋਂ ਲੰਘੇ ਤੇ ਜੰਗਲ ਦੇ ਵਿੱਚੋਂ ਰਾਹ ਸੀ, ਪੈਦਲ ਚੱਲਣਾ ਸੀ। ਉਸ ਸਮਾਂ ਕੀ ਵੇਖਦੇ ਨੇ ਕਿ ਜੰਗਲ ਵਿੱਚ ਨਾ ਇੱਕ ਪਿੰਜਰ ਪਿਆ ਹੈ, ਕੁਝ ਮਾਸ ਵੀ ਉਹਦੇ ਤੇ ਹੈ ਤੇ ਉਹਦੇ ਸਿਰ ਦੇ ਉੱਤੇ ਨਾ ਕਾਂ ਬੈਠੇ ਨੇ। ਉਹ ਠੂੰਗਾ ਮਾਰ ਰਹੇ ਨੇ, ਮਾਸ ਨੋਚਦੇ ਨੇ ਤੇ ਉਹ ਪਿੰਜਰ ਪਿਆ ਹੈ, ਮੁਸ਼ਕ ਆਉਂਦੀ ਪਈ ਹੈ ਸਰੀਰ ਚੋਂ। ਕਬੀਰ ਜੀ ਨੂੰ ਬੜਾ ਦੁੱਖ ਲੱਗਿਆ, ਦਿਵ ਦ੍ਰਿਸ਼ਟ ਜੋੜੀ, ਬਈ ਇਹ ਕਿਉਂ ਹੋਇਆ, ਕੌਣ ਸੀ? ਤੇ ਸਾਹਮਣੇ ਜਿਹੜਾ ਨਜ਼ਾਰਾ ਆਇਆ, ਕਬੀਰ ਜੀ ਹੈਰਾਨ ਰਹਿ ਗਏ। ਕੀ ਹੈ ਇਹ? ਤੇ ਉਸੀ ਚੌਧਰੀ ਦਾ ਸਰੀਰ ਪਿਆ ਹੋਇਆ ਹੈ ਜਿਹੜਾ ਉਸ ਦਿਨ ਪੱਗ ਸਵਾਰ ਕੇ ਬੰਨਦਾ ਸੀ। ਬੋਲੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਕੀ ਹੋਇਆ ਬਈ? ਜਿਸ ਕਾਰਜ ਵਿਆਹ ਵਿੱਚ ਜਾ ਰਿਹਾ ਸੀ ਨਾ, ਧਨਾੜ ਸੀ, ਪੱਲੇ ਸੋਨਾ ਧਨ ਆਦਿਕ ਬੜਾ ਸੀ, ਇਸ ਜੰਗਲ ਵਿੱਚੋਂ ਘੋੜੇ ਤੋਂ ਲੰਘਿਆ, ਡਾਕੂਆਂ ਦੇ ਗਰੋਹ ਨੇ ਉਹਨੂੰ ਪਕੜ ਲਿਆ, ਉਹਨੂੰ ਮਾਰ ਕੇ ਸੁੱਟ ਦਿੱਤਾ, ਧਨਮਾਲ ਲੁੱਟ ਕੇ ਲੈ ਗਏ। ਸਾਧ ਸੰਗਤ ਮਾਣ ਕਰਦਾ ਸੀ ਸਰੀਰ ਦਾ, ਧਨ ਦਾ, ਛਿਣ ਵਿੱਚ ਸਭ ਕੁਝ ਪਰਾਇਆ ਹੋ ਗਿਆ ਤੇ ਹਾਲਤ ਬਣ ਗਈ ਇਹ ਕਾਗ ਜਿਸ ਸਿਰ ਦੇ ਉੱਤੇ ਬੜੀ ਸਵਾਰ ਕੇ ਪਗ ਬੰਨਦਾ ਸੀ, ਠੂਹਾਂ ਮਾਰ ਰਹੇ ਨੇ। ਕਬੀਰ ਜੀ ਬੈਰਾਗ ਵਿੱਚ ਆ ਗਏ। ਕਬੀਰ ਜੀ ਮਹਾਰਾਜ ਸਾਰੇ ਸੰਸਾਰ ਨੂੰ ਸਮਝਾਉਂਦੇ ਨੇ, ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜਈਆ। ਬਈ ਰਾਮ ਦੇ ਨਾਮ ਨੂੰ ਕਿਉਂ ਨਹੀਂ ਸਿਮਰਦੇ? ਛਿਣ ਲੱਗਦਾ ਹੈ, ਕਿੱਡਾ ਵੀ ਸੋਹਣਾ ਸਰੀਰ ਹੋਵੇ, ਜਵਾਨੀ ਭਰਿਆ ਹੋਵੇ, ਮਿੱਟੀ ਹੋ ਜਾਂਦਾ ਹੈ। ਕਿੰਨਾ ਵੀ ਧਨ ਪੱਲੇ ਹੋਵੇ, ਮਾਣ ਨਹੀਂ ਕਰਨਾ, ਸ਼ੁਕਰਾਨਾ ਕਰਨਾ ਹੈ, ਕਿਉਂਕਿ ਉਹ ਵੀ ਛਿਣ ਵਿੱਚ ਮਿੱਟ ਜਾਂਦਾ ਹੈ। ਇਸ ਕਰਕੇ ਕਬੀਰ ਜੀ ਆਪਣੇ ਆਪ ਨੂੰ ਸਭ ਤੋਂ ਪਹਿਲੇ ਸਮਝਾਉਂਦੇ ਨੇ, ਆਪਣੇ ਮਨ ਨੂੰ ਕਹਿੰਦੇ ਨੇ ਤੇ ਸਾਰੇ ਸੰਸਾਰ ਨੂੰ ਉਪਦੇਸ਼ ਕਰਦੇ ਹਨ ਜੀ। ਕਹਿਤ ਕਬੀਰ ਤੰਗ ਧਨ ਕੋ ਕਿਆ ਗਰ ਪਈਆ, ਰਾਮ ਨਾਮ ਕਹੇ ਨਾ ਦ੍ਰਿੜਈਆ, ਰਾਮ ਨਾਮ 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 ਰਾਮ